ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨੌਜਵਾਨ ਛੱਤ ਤੇ ਪਟੰਗ ਉਡਾ ਰਿਹਾ ਸੀ ਪਰ ਅਚਾਨਕ ਵਾਪਰ ਗਿਆ ਇਹ ਭਿਆਨਕ ਹਾਦਸਾ ਪਈਆਂ ਭਾਜੜਾਂ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਬੱਚਿਆਂ ਦੇ ਵੱਲੋਂ ਕੀਤੀ ਜਾਂਦੀ ਅਨਗੈਲੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਨੇ ਜਿਸ ਕਾਰਨ ਕਈ ਬੱਚਿਆਂ ਦਾ ਭਾਰੀ ਜ਼ਖਮੀ ਅਤੇ ਮਾਰੀ ਨੁਕਸਾਨ ਹੋ ਜਾਂਦਾ ਹੁਣ ਇੱਥੇ ਨੌਜਵਾਨ ਛੱਤ ਤੇ ਪਡੰਗ ਉਡਾ ਰਿਹਾ ਸੀ ਤਾਂ ਅਚਾਨਕ ਹਾਦਸਾ ਵਾਪਰ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਮahanagar Ludhiana ਤੋਂ ਸਾਹਮਣੇ ਆਈ ਹੈ ਜਿੱਥੇ ਮਹਾਵੀਰ ਕਲੋਨੀ ਦਾ ਰਹਿਣ ਵਾਲਾ ਗਗਨਦੀਪ ਨਾਮ ਦਾ 21 ਸਾਲਾ ਨੌਜਵਾਨ ਲੋਹੜੀ ਦੇ ਮੌਕੇ ਉੱਪਰ ਪਤੰਗਬਾਜ਼ੀ ਕਰ ਰਿਹਾ ਸੀ ਇਸ ਸਮੇਂ ਇਹ ਨੌਜਵਾਨ ਆਪਣੇ ਘਰ ਦੀ ਛੱਤ ਦੇ ਉੱਪਰ ਪਤੰਗ ਉਡਾ ਰਿਆ ਸੀ ਉਸ ਸਮੇਂ ਛੱਤ ਦੇ ਉੱਪਰ ਚਾਰੇ ਪਾਸੇ ਕੰਧਾਂ ਨਾ ਹੋਣ ਦੇ ਕਾਰਨ ਹਾਦਸਾ ਵਾਪਰ ਗਿਆ ਨੌਜਵਾਨ ਦਾ ਧਿਆਨ ਪਤੰਗ ਉਡਾਣ ਉੱਪਰ ਸੀ ਉੱਥੇ ਹੀ ਉਸ ਵੱਲੋਂ نیچے ਨਹੀਂ ਦੇਖਿਆ ਗਿਆ ਉਹ ਅਚਾਨਕ ਛੱਤ ਦੇ ਉੱਪਰੋਂ ਥੱਲੇ ਡਿੱਗ ਗਿਆ ਜਿਸ ਕਾਰਨ ਨੌਜਵਾਨ ਨੂੰ ਗੰਭੀਰ ਹਾਲਤ ਦੇ ਚਲਦੇ ਹੋਏ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਹਸਪਤਾਲ ਰੈਫਰਲ ਕਰ ਦਿੱਤਾ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੱਚਾ ਪਤੰਗ ਲੁੱਟਣ ਦੇ ਚੱਕਰ ਵਿੱਚ ਇੱਕ ਹਾਈ ਸਪੀਡ ਵਾਹਨ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਉਸ ਦੀ ਲੱਤ ਦੇ ਉੱਪਰ ਫੈਕਚਰ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹ ਬੱਚਾ ਜੇਰੇ ਇਲਾਜ ਹੈ ਸੋ ਦੋਸਤੋ ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਉਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਆ ਉਮਰ ਸਿਰਫ 21 ਸਾਲ ਆ ਤੇ ਨਾਮ ਗਗਨਦੀਪ ਸਿੰਘ ਲੋਹੜੀ ਦੇ ਉੱਪਰ ਛੱਤ ਦੇ ਉੱਪਰ ਉਹ ਪਤੰਗਬਾਜ਼ੀ ਕਰ ਰਿਹਾ ਸੀ ਜਿੱਥੋਂ ਥੱਲੇ ਡਿੱਗ ਗਿਆ ਧੰਨਵਾਦ